दोस्तों दारा सिंह जी बारे तो तुसी सारे जानते ही हो कि दारा सिंह जी साढ़े देश के दे एक बहुत वड्डे पहलवान सन, साढ़े देश के दे ही नहीं पूरी दुनिया के एक बहुत वड्डे पहलवान सन। पर शायद तुसी ये नहीं जानते कि दारा सिंह एक नहीं, दारा सिंह दो सन। ते ए जी जिहड़े दोवें दारा सिंह सन, इन्हां बारे तुहानूं दसते हाँ भी ये कभी आपस में ना कुश्ती नहीं लड़ी। तो जिहड़ा वड्डा दारा सिंह सीगा उहदा जमांदरू नां दारा सिंह सी, ते जिहड़ा छोटा दारा सिंह सीगा जी इहदा नां सीगा दीदार सिंह, ते प्यार नाल लोकी इहनूं दारी कहिंदे सी, ते फिर नां दारा सिंह पै गया इहनां दा। ते जिहड़ा पहला दारा सिंह जी उहनूं कहिंदे जी दारा सिंह दुलचीपुरिया, ते जिहड़ा दूजा दारा सिंह आ जी इहनूं कहिंदे आ दारा सिंह धर्मू चकिया। ਇਹ ਦੋਵੇਂ ਰੁਸਤਮੇ ਜਮਾਂ ਦੇ ਖਿਤਾਬ ਨਾਲ ਜੀ ਸਨਮਾਨੇ ਗਏ ਆ, ਅਤੇ ਦੋਨਾਂ ਨੇ ਸਿੰਘਾਪੁਰੋਂ ਫ੍ਰੀ ਸਟਾਈਲ ਕੁਸ਼ਤੀ ਸਿੱਖੀ ਸੀ। ਆ ਦੋਵਾਂ ਦੀਆਂ ਫੋਟੋਆਂ ਸਾਹਮਣੇ ਆ ਜੀ, ਦਾਰਾ ਸਿੰਘ ਦੁਲਚੀਪੁਰੀਆ ਅਤੇ ਦਾਰਾ ਸਿੰਘ ਧਰਮੂ ਚੱਕੀਆ। ਜਿਹੜਾ ਵੱਡਾ ਦਾਰਾ ਸੀ ਉਹਨੇ ਆਪਣੇ ਸਕੇ ਭਰਾ ਦਾ ਮਤਲਬ ਕਤਲ ਦਾ ਬਦਲਾ ਲੈਣ ਲਈ ਕੋਈ ਹੋਰ ਕਤਲ ਕਰ ਦਿੱਤਾ ਸੀ, ਜਿਹਦੀ ਵਜ੍ਹਾ ਨਾਲ ਉਹਨੂੰ ਫਾਂਸੀ ਹੋ ਗਈ। ਅਤੇ ਉਹ ਦੱਸਦੇ ਆ ਵੀ ਜੇਲ੍ਹ ਵਿੱਚ ਹੀ ਮਤਲਬ ਜਦੋਂ ਉਹਨੂੰ ਕੁਸ਼ਤੀ ਕਰਾਈ ਜਾਂਦੀ ਸੀ, ਅਤੇ ਉਹ ਹੱਥ ਕੜੀ ਲਾ ਕੇ ਅਖਾੜੇ ਵਿੱਚ ਲਿਜਾਇਆ ਜਾਂਦਾ ਸੀ ਰਿੰਗ ਵਿੱਚ, ਅਤੇ ਉੱਥੋਂ ਜਦੋਂ ਕੁਸ਼ਤੀ ਹੋ ਜਾਂਦੀ ਸੀ ਉਵੇਂ ਹੀ ਉਹਨੂੰ ਹੱਥ ਕੜੀ ਲਾ ਕੇ ਲਿਆ ਮਤਲਬ ਉੱਥੋਂ ਵਾਪਸ ਲਿਆਂਦਾ ਜਾਂਦਾ ਸੀ। ਇਹ ਜਿਹੜਾ ਦਾਰਾ ਸਿੰਘ ਦੁਲਚੀਪੁਰੀਆ ਜਿਹੜਾ ਪਹਿਲਾ ਦਾਰਾ ਸਿੰਘ ਸੀ ਜੀ, ਇਹ 7 ਫੁੱਟ ਦੇ ਕਰੀਬ ਕਹਿੰਦੇ ਉੱਚਾ ਸੀਗਾ, ਅਤੇ ਇਹ 1918 ਜੰਮਿਆ ਸੀ, ਅਤੇ 1988 'ਚ ਇਹਨਾਂ ਦੀ ਮੌਤ ਹੋ ਗਈ। ਇਹਨਾਂ ਦਾ ਕਹਿੰਦੇ ਇੱਕ ਪੁੱਤਰ ਸੀ, ਪਿਛੋ ਉਹਦੀ ਵੀ ਮੌਤ ਹੋ ਗਈ, ਪਤਨੀ ਵੀ ਮਰ ਗਈ, ਅਤੇ ਇਹਦੇ 2 ਪੋਤੇ ਹਨ, ਅਤੇ ਇੱਕ ਪੜਪੋਤਾ ਅਤੇ ਇੱਕ ਪੜਪੋਤੀ। ਕਹਿੰਦੇ ਵੀ ਦੁਲਚੀਪੁਰੀਆ ਪਿੰਡ 'ਚ ਮਤਲਬ ਖੇਤ ਵਿੱਚ ਹੀ ਇਹਨਾਂ ਨੇ ਹੁਣ ਕੋਠੀ ਪਾਈ ਹੋਈ ਆ, ਅਤੇ ਉੱਥੇ ਦਾਰਾ ਸਿੰਘ ਦੁਲਚੀਪੁਰੀਆ ਦੀ ਸਮਾਧ ਬਣਾਈ ਹੋਈ ਆ ਜੀ। ਅਤੇ ਕਹਿੰਦੇ ਵੀ ਜਿਹੜਾ ਦਾਰਾ ਸਿੰਘ ਦੁਲਚੀਪੁਰੀਆ ਸੀ ਉਹਨੇ ਬੜੇ ਹੀ ਡੰਗਰ ਵੀ ਚਾਰੇ, ਡੰਡ ਬੈਠਕਾਂ ਮਾਰਦੇ ਰਹਿਣਾ, ਇੱਦਾਂ ਹੀ ਉਹ ਮਤਲਬ ਵਾਹਵਾ ਕੁਛ ਸਿੱਖ ਗਿਆ। ਫਿਰ ਕਤਲ ਹੋ ਗਿਆ, ਸਜ਼ਾ ਭੁਗਤੀ, ਕੋਈ ਉਹਨੂੰ ਪਿਆਰ ਵੀ ਹੋ ਗਿਆ ਸੀ, ਫਿਰ ਉਹ ਸਰਪੰਚ ਬਣਿਆ, ਫਿਰ ਕਹਿੰਦੇ ਨਸ਼ੇ ਵਿੱਚ ਕਹਿੰਦੇ ਬਹੁਤ ਨੁਕਸਾਨ ਹੋਇਆ ਉਹਦਾ, ਫਿਰ ਕਹਿੰਦੇ ਵੀ ਪੁਰਾਣੀ ਉਮਰੇ ਬਿਮਾਰ ਵੀ ਹੋ ਗਿਆ, ਅਤੇ ਬੜੀ ਬੁਰੀ ਹਾਲਤ, ਲਾਸਟ ਮਤਲਬ ਵਧੀਆ ਨਹੀਂ ਗੁਜ਼ਰਿਆ, ਅਤੇ 70ਵੇਂ ਸਾਲ 'ਚ ਕਹਿੰਦੇ ਉਹਨਾਂ ਦੀ ਮੌਤ ਹੋ ਗਈ। ਅਤੇ ਜਿਹੜੇ ਛੋਟੇ ਇਹ ਸੀਗੇ ਦਾਰਾ ਸਿੰਘ ਜੀ, ਦਾਰਾ ਸਿੰਘ ਧਰਮੂ ਚੱਕੀਆ, ਇਹਨਾਂ ਨੇ ਫਿਲਮਾਂ ਵਿੱਚ ਬੜਾ ਮਤਲਬ ਭਲਵਾਨੀ ਦੇ ਨਾਂ ਨਾਲ ਨਾਮ ਖੱਟਿਆ। ਰਮਾਇਣ 'ਚ ਹਨੂੰਮਾਨ ਜੀ ਦੇ ਰੋਲ 'ਚ ਹਿੱਟ ਹੋ ਗਿਆ, ਅਤੇ ਉਸ ਤੋਂ ਬਾਅਦ ਬੜੀਆਂ ਹਿੰਦੀ ਪੰਜਾਬੀ ਫਿਲਮਾਂ ਆਈਆਂ ਜੀ। ਪਹਿਲਾਂ ਕਹਿੰਦੇ ਜਿਹੜਾ ਦੁਲਚੀਪੁਰੀਆ ਦਾਰਾ ਸਿੰਘ ਸੀ ਉਹ ਤਕੜਾ ਹੁੰਦਾ ਸੀ, ਅਤੇ ਆਸਤਾ ਫਿਰ ਧਰਮੂ ਚੱਕੀਆ ਦਾਰਾ ਤਕੜਾ ਹੋ ਗਿਆ, ਅਤੇ ਇਹਨਾਂ ਦਾ ਮਤਲਬ ਫਿਲਮਾਂ 'ਚ ਵੀ ਟੌਹਰ ਹੋ ਗਿਆ। ਅਤੇ ਦੋਵਾਂ ਦੀ ਉਮਰ 'ਚ ਕਹਿੰਦੇ 10 ਸਾਲ ਦਾ ਫਰਕ ਸੀਗਾ। ਇਹ ਦੁਲਚੀਪੁਰ ਅਤੇ ਧਰਮੂ ਚੱਕ ਦੋਵੇਂ ਅੰਮ੍ਰਿਤਸਰ ਦੇ ਹੀ ਪਿੰਡ ਹਨ। ਅਤੇ ਇਹ ਜੀ ਦੋਵਾਂ ਨੇ ਮਤਲਬ ਨਾਂ ਬਹੁਤ ਖੱਟਿਆ ਕਹਿੰਦੇ, ਪਰ ਜਿਹੜਾ ਛੋਟਾ ਦਾਰਾ ਸਿੰਘ ਸੀ ਉਹਨੂੰ ਲੋਕ ਜਾਣਦੇ, ਵੱਡੇ ਦਾਰਾ ਸਿੰਘ ਨੂੰ ਹਾਲ ਤੱਕ ਲੋਕ ਜਾਣਦੇ ਨਹੀਂ ਹੈਗੇ, ਕਿਉਂਕਿ ਵੱਡਾ ਦਾਰਾ ਸਿੰਘ ਜਿਹੜਾ ਦਾਰਾ ਸਿੰਘ ਦੁਲਚੀਪੁਰੀਆ ਸੀ, ਕੁਸ਼ਤੀਆਂ ਉਹਨਾਂ ਵੀ ਬਹੁਤ ਲੜੀਆਂ, ਜਦਕਿ ਉਹਨਾਂ ਜ਼ਿਆਦੀਆਂ ਕੁਸ਼ਤੀਆਂ ਲੜੀਆਂ, ਪਰ ਕੀ ਆ ਕਿ ਉਹ ਫਿਲਮਾਂ 'ਚ ਨਹੀਂ ਆ ਸਕੇ, ਨਾ ਉਹਨਾਂ ਦਾ ਕੋਈ ਇਹੋ ਜਿਹਾ ਬੰਦਾ ਜਿਹੜਾ ਉਹਨਾਂ ਨੂੰ ਬਾਅਦ 'ਚ ਹਿੱਟ ਕਰ ਸਕੇ, ਅਤੇ ਲੋਕ ਜਾਣਦੇ ਹੀ ਹੈ ਨਹੀਂ ਵੀ ਦਾਰਾ ਸਿੰਘ 2 ਸਨ। ਅਤੇ ਵੀਰੋ ਇਹ ਫੋਟੋ ਤੁਹਾਨੂੰ ਵਿਖਾਈ ਆ ਦੋਵਾਂ ਦਾਰਾ ਸਿੰਘਾਂ ਦੀ, ਨਾਲ ਇਹਨਾਂ ਦੀ ਦੋਵਾਂ ਦੀ ਹਿਸਟਰੀ ਵੀ ਦੱਸ ਦਿੱਤੀ ਆ। ਇਹ ਵੀਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਉ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਦਾਰਾ ਸਿੰਘ 2 ਸਨ, 1 ਨਹੀਂ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।